ਤੁਸੀਂ ਦੇਖ ਰਹੇ ਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਅਤੇ ਮੈਂ ਬਟਾਲਾ ਤੋਂ ਪੱਤਰਕਾਰ ਅਖਿਲ ਮਲਹੋਤਰਾ ਅਤੇ ਮੇਰੇ ਨਾਲ ਪੱਤਰਕਾਰ ਹੀਰਾ ਲਾਲ। ਅੱਜ ਅਸੀਂ ਪਹੁੰਚੇ ਜੀ ਕਾਰਪੋਰੇਸ਼ਨ ਕਮੇਟੀ ਬਟਾਲਾ ਦੇ ਅੰਦਰ, ਜਿੱਥੇ ਤੁਹਾਨੂੰ ਕੁਝ ਲਾਈਵ ਤਸਵੀਰਾਂ 'ਚ ਦਿਖਾ ਦਿੰਦੇ ਹਾਂ ਇੱਕ ਆਮ ਆਦਮੀ ਪਾਰਟੀਆਂ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਕੰਮ ਕਾਰਜ ਜਿਹੜਾ ਬੜਾ ਸੰਪੂਰਨ ਤੌਰ ਦੇ ਉੱਤੇ ਕੀਤਾ ਜਾ ਰਿਹਾ। ਉੱਦਾਂ ਹੀ ਬਟਾਲਾ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਕਮੇਟੀ ਦੇ ਵਿੱਚ 5 ਮੈਂਬਰੀ ਕਮੇਟੀ ਬਣਾ ਕੇ ਬਿਠਾਇਆ ਗਿਆ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵਿਧਾਇਕ ਬਟਾਲਾ ਵੱਲੋਂ। ਗੱਲਬਾਤ ਵੀ ਜ਼ਰੂਰ ਕਰਾਂਗੇ ਕਿ 5 ਮੈਂਬਰੀ ਕਮੇਟੀ ਬਣਾਉਣ ਦਾ ਕੀ ਫਾਇਦਾ ਆਪਣੇ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਅਤੇ ਕੀ ਮਿਲ ਸਕਦਾ ਇੱਥੇ ਬਟਾਲਾ ਦੇ ਅੰਦਰ ਕਾਰਪੋਰੇਸ਼ਨ ਕਮੇਟੀ ਦੇ ਅੰਦਰ ਆ ਕੇ ਮਿਲ ਸਕਦੇ ਹਾਂ। ਆਪ ਆਗੂ ਸਾਡੇ ਨਾਲ ਮੌਜੂਦ ਹਨ, ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਹਾਂ ਕਿ MLA ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਆ, 5 ਮੈਂਬਰੀ ਕਮੇਟੀ ਕੀ ਫਾਇਦਾ ਆਪਣੇ ਬਟਾਲਾ ਸ਼ਹਿਰ ਦੇ ਵਿੱਚ ਇੱਥੇ ਬੈਠਣ ਦੇ ਨਾਲ। ਕੋਈ ਪਾਰਟੀ ਨੂੰ ਨਹੀਂ ਦੇਖਿਆ ਜਾ ਰਿਹਾ, ਜਨਤਾ ਪਾਰਟੀ ਦੇ ਬੰਦੇ ਹਨ, ਕਾਂਗਰਸ ਦੇ ਬੰਦੇ ਹਨ, ਆਪਣੇ ਕੋਲ ਅਕਾਲੀ ਦਲ ਦੇ ਬੰਦੇ ਹਨ, ਇਹਨਾਂ ਵੱਲੋਂ ਕਿਸੇ ਨਾਲ ਵੀ ਕੋਈ ਵਿਤਰਾ ਨਹੀਂ ਦਿਖਾਇਆ ਜਾ ਰਿਹਾ। ਹਰ ਇੱਕ ਦੇ ਕੰਮ ਜਿਹੜੇ ਇੱਕ ਮੁੱਠੀ ਹੋ ਕੇ ਕੰਮ ਕੀਤਾ ਜਾ ਰਿਹਾ। ਗੱਲਬਾਤ ਵੀ ਜ਼ਰੂਰ ਕਰਦੇ ਆ, ਆਪ ਆਗੂ ਸਾਡੇ ਨਾਲ ਮੌਜੂਦ ਹਨ। ਸਰ ਕੀ ਨਾਮ ਜੀ ਆਪਣਾ ਜੀ? ਸਰ ਮੈਂ TS ਲੂੰਬਾ ਜੀ। ਲੂੰਬਾ ਜੀ, ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵਿਧਾਇਕ ਬਟਾਲਾ ਵੱਲੋਂ। ਜੀ ਜੀ ਜੀ। ਕੀ ਫਾਇਦਾ ਲੋਕਾਂ ਨੂੰ ਦਿੱਤਾ ਜਾ ਰਿਹਾ ਇਹਦੇ ਵਿੱਚ? ਸਰ ਉਹਦਾ ਫਾਇਦਾ ਇਸ ਕਰਕੇ ਸਾਡੀ ਜਿਹੜੀ ਕਮੇਟੀ ਹੈ ਨਾ, ਇੱਥੇ ਬਹੁਤ ਲੋਕ ਪਰੇਸ਼ਾਨ ਸੀ ਜੀ ਪਹਿਲਾਂ ਦੀਆਂ, ਕਾਫੀ ਟਾਈਮ ਪਹਿਲਾਂ ਤੋਂ ਵੀ ਉਹਨਾਂ ਦੇ ਕੰਮ ਨਹੀਂ ਸੀ ਹੋ ਰਹੇ, ਕੰਮਾਂ ਦਾ ਦਿੱਕਤ ਆਉਂਦੀ ਸੀ, ਕੋਈ ਕਿਤੇ ਜਾਂਦਾ ਸੀ, ਕਿਸੇ ਨੂੰ ਪ੍ਰੋਬਲਮ ਆਉਂਦੀ ਸੀ, ਮਹੀਨਾ ਕੰਮ ਲਟਕੇ ਰਹਿੰਦੇ ਸੀ। ਉਹਦੇ ਵਾਸਤੇ ਸਾਡੇ MLA ਸਾਹਿਬ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਉਹਨਾਂ ਨੇ ਇੱਥੇ ਸਾਡੇ ਸੁਪਰਡੈਂਟ ਜੋ ਕਿ ਚਾਰਜ ਲਾਇਆ ਜੰਬਾ ਜੀ, ਉਹਨਾਂ ਦੇ ਅੰਡਰ 5 ਮੈਂਬਰੀ ਕਮੇਟੀ ਬਣਾਈ ਹੈ। ਜਿਹੜੀ 5 ਮੈਂਬਰੀ ਕਮੇਟੀ, ਮੈਂ ਪਬਲਿਕ ਨੂੰ ਬੜੇ ਸਤਿਕਾਰ ਨਾਲ ਬੇਨਤੀ ਕਰਦਾ ਹਾਂ ਕਿ ਇੱਥੇ ਆ ਕੇ ਇਹਨਾਂ 5 ਮੈਂਬਰਾਂ ਨਾਲ ਤੁਸੀਂ ਸੰਪਰਕ ਕਰੋ। ਸਾਡੀ ਆਮ ਆਦਮੀ ਪਾਰਟੀ ਦੇ 5 ਮੈਂਬਰ ਤੁਹਾਡੇ ਹਰ ਸਹਿਯੋਗ ਕਰਨਗੇ, ਤੁਹਾਡੀ ਹਰ ਮੁਸ਼ਕਲ ਨੂੰ ਹੱਲ ਕਰਨਗੇ। ਇੱਕ ਦਿਨ ਵਿੱਚ NOC ਉਹਨਾਂ ਨੇ ਕਢਾ ਕੇ ਦਿੱਤੀ ਹੈ, ਮੈਨੂੰ ਹੁਣੇ ਦੱਸ ਰਹੇ ਸੀ, ਅਤੇ ਮੈਂ ਆ ਕੇ ਮੈਂ ਵੀ ਬਹੁਤ ਬਹੁਤ ਵਧੀਆ ਖੁਸ਼ੀ ਹੋਈ ਹੈ, ਅਤੇ ਉਹਨਾਂ ਦੇ ਨਾਂ ਤੁਹਾਡੇ ਅੱਗੇ ਮੈਂ ਪੇਸ਼ ਕਰਦਾ ਹਾਂ। ਲੰਬਾ ਜੀ ਇੱਕ ਮਿੰਟ, ਇੱਕ ਕਮੇਟੀ ਹੁੰਦੀ, ਲੋਕ ਸਮਝਦੇ ਕਮੇਟੀ ਕੱਢਣ ਵਾਲੀ ਹੁੰਦੀ ਹੈ, ਜਿਹੜੀ ਕਮੇਟੀ ਬਣਾਈ, ਕਮੇਟੀ ਕਿਸਦਾ ਦੇ ਕਿਸ ਤਰ੍ਹਾਂ ਦੇ ਕੰਮ ਆਪਣੇ ਬਟਾਲਾ ਸ਼ਹਿਰ ਦੇ ਕਾਰਪੋਰੇਸ਼ਨ ਕਮੇਟੀ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਤੁਸੀਂ? ਕਾਰਪੋਰੇਸ਼ਨ ਦੇ ਜਿੰਨੇ ਵੀ ਕੰਮ ਨੇ, ਕਾਰਪੋਰੇਸ਼ਨ ਦੇ ਅੰਡਰ ਜਿੰਨੇ ਵੀ ਕੰਮ ਆ ਰਹੇ ਨੇ, ਉਹ ਸਾਰੇ ਕੰਮ ਇਹ ਕਮੇਟੀ ਤੁਹਾਨੂੰ ਕਰਵਾ ਕੇ ਦੇਵੇਗੀ। ਕਿਸੇ ਤਰ੍ਹਾਂ ਦਾ ਵੀ ਕੋਈ NOC ਦਾ ਕੰਮ, ਸੀਵਰੇਜ ਦਾ ਕੰਮ, ਲਾਈਟਾਂ ਦਾ ਕੰਮ, ਹਰ ਤਰ੍ਹਾਂ ਦੇ ਕੰਮ ਜੋ ਵੀ ਕਾਰਪੋਰੇਸ਼ਨ ਦੇ ਅੰਡਰ ਹੈ, ਉਹ ਤੁਹਾਨੂੰ ਇਹ 5 ਮੈਂਬਰੀ ਕਮੇਟੀ ਜੋ ਸਾਡੇ ਮੈਂਬਰਾਂ ਨੂੰ ਤੁਸੀਂ ਆ ਕੇ ਇੱਥੇ ਮਿਲਿਓ, ਸਾਹਮਣੇ ਦਫ਼ਤਰ ਸਿਰ ਅੰਦਰ ਵੜਦੇ ਹੀ ਕਮੇਟੀ ਦੇ ਘਰ ਸਿੱਧਾ ਸਾਹਮਣੇ ਫਰੰਟ ਦੇ ਦਫ਼ਤਰ ਹੈ, ਉੱਥੇ ਤੁਹਾਨੂੰ ਉਹਨਾਂ ਦੇ ਨਾਮ ਹੈ। ਕਿੰਨੇ ਤੋਂ ਕਿੰਨੇ ਵਜੇ ਤੱਕ ਆਪਣੇ ਮੈਂਬਰ ਬੈਠਦੇ? ਇਹ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂਬਰ ਤੁਹਾਨੂੰ ਮਿਲਣਗੇ ਇੱਥੇ। ਕਿਹੜੇ ਕਿਹੜੇ ਮੈਂਬਰ ਇੱਥੇ? ਉਹਨਾਂ ਦਾ ਨਾਂ ਜੀ, ਇੱਕ ਹਰਵਿੰਦਰ ਸਿੰਘ ਕਲਸੀ ਜੀ, ਨੰਬਰ 2 ਸਾਡੇ MC ਬਲਵਿੰਦਰ ਸਿੰਘ ਮਿੰਟਾ ਜੀ, 3 ਨੇ ਸਾਡੇ ਵਾਰਡ ਨੰਬਰ 28 ਦੇ ਰਾਜਵਿੰਦਰ ਸਿੰਘ ਜੀ, 4 ਸਾਡੇ ਸਾਗਰਪੁਰ ਤੋਂ ਭੁਪਿੰਦਰ ਸਿੰਘ ਜੀ, ਅਤੇ ਵਾਰਡ ਨੰਬਰ 5 ਅਤੇ ਮਨਜੀਤ ਸਿੰਘ ਜੀ ਘੋਲੋ MC ਜੀ। ਇਹ 5 ਜਿਹੜੇ ਨੇ, ਇਹਨਾਂ ਨਾਲ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ, ਅਤੇ ਸੰਪਰਕ ਕਰਕੇ ਆਪਣੀਆਂ ਜੋ ਵੀ ਪ੍ਰੋਬਲਮ ਹੈ ਉਹ ਹੱਲ ਕਰਾਓ, ਅਤੇ ਸਹਿਯੋਗ ਦਿਓ ਉਹਨਾਂ ਨੂੰ, ਆ ਕੇ ਉਹਨਾਂ ਨਾਲ ਸਹਿਯੋਗ ਦਿਓ ਅਤੇ ਸਹਿਯੋਗ ਕਰੋ, ਅਤੇ ਬਹੁਤ ਵਧੀਆ ਇਹ ਤੁਹਾਡੇ ਵਾਸਤੇ ਇਹ MLA ਸਾਹਿਬ ਸਾਡੇ ਉਪਰਾਲਾ ਬਹੁਤ ਵਧੀਆ ਕੀਤਾ ਹੈ। ਇੱਕ ਹੋਰ ਗੱਲ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਕਿ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੀ ਹਨ, ਉਹਨਾਂ ਦਾ ਕੰਮ ਹੋਣੇਗਾ ਕਿ ਬਾਕੀ ਪਾਰਟੀ ਜਿਹੜੇ ਮਰਜ਼ੀ ਇੱਥੇ ਬੰਦੇ ਹਨ ਸਾਰਿਆਂ ਦੇ ਕੰਮ ਕੀਤੇ ਜਾ ਰਹੇ? ਜਿਹੜੇ ਮਰਜ਼ੀ ਪਾਰਟੀ ਦਾ ਸਾਨੂੰ ਕੋਈ ਵਿਤਕਰਾ ਨਹੀਂ ਹੈਗਾ, ਸਰ ਜਿਹੜੇ ਭਾਵੇਂ ਕਾਂਗਰਸ ਪਾਰਟੀ ਆ ਜਾਵੇ, ਭਾਵੇਂ ਅਕਾਲੀ, ਜਿਹੜਾ ਮਰਜ਼ੀ ਵਰਕਰ ਜਿਹੜਾ ਆਏਗਾ ਉਹਦਾ ਕੰਮ ਹੋਏਗਾ। ਸਾਨੂੰ ਕੰਮ ਨਾਲ ਮਤਲਬ ਹੈ, ਸਾਨੂੰ ਪਾਰਟੀਆਂ ਨਾਲ ਨਹੀਂ ਮਤਲਬ, ਸਾਨੂੰ ਕੰਮ ਨਾਲ ਹੀ ਕੰਮ ਕਰਾਉਣਾ ਹੈ, ਆਪਣੇ ਬਟਾਲੇ ਦਾ ਕੰਮ ਕਰਨਾ ਹੈ। ਏਸੀ ਜੀ, ਆਪ ਆਗੂ ਦੇ ਉਮੀਦਵਾਰ ਸਾਡੇ ਨਾਲ ਮੌਜੂਦ ਹਨ। ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਮਰਜ਼ੀ ਆ ਕੇ ਇੱਥੇ ਕੰਮ ਕਰਾ ਸਕਦਾ, ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਇੱਥੇ ਬੈਠਦੇ ਨੇ। ਰਜੇਸ਼ ਜੰਬਾ ਜੀ ਵੀ ਸਾਡੇ ਨਾਲ ਮੌਜੂਦ ਹਨ, ਇਹਨਾਂ ਨੂੰ ਗੱਲਬਾਤ ਜ਼ਰੂਰ ਕਰਨੀ ਹੈ। ਇਹਨਾਂ ਨੂੰ ਬੜਾ ਤਗੜਾ ਹੋਲਡ ਦਿੱਤਾ ਗਿਆ ਬਟਾਲਾ 'ਚ ਕਿ ਇਹਨਾਂ ਵੱਲੋਂ ਸ਼ਿਕਾਇਤਾਂ ਜਿਹੜੀਆਂ ਰਜੇਸ਼ ਜੰਬਾ ਜੀ ਨੂੰ ਦਿੱਤੀਆਂ ਜਾਣਗੀਆਂ ਅਤੇ ਇਹਨਾਂ ਵੱਲੋਂ ਸੋਲਵ ਕੀਤੀਆਂ ਜਾਣਗੀਆਂ। ਜੰਬਾ ਜੀ, ਤੁਹਾਨੂੰ ਇੱਕ ਅਹੁਦਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਜੀ ਜੀ ਸ਼ਿਕਾਇਤਾਂ ਤੁਹਾਡੇ ਕੋਲ ਤੱਕ ਪਹੁੰਚਣਗੀਆਂ ਜੀ ਜੀ, ਉਹਨਾਂ ਦਾ ਹੱਲ ਕੀਤਾ ਜਾਏਗਾ, ਕੀ ਕਹਿਣਾ ਚਾਹੁੰਦੇ ਹੋ? ਸਰ, ਇਹ ਬਹੁਤ ਵਧੀਆ ਜੀ। ਇਹ ਮਾਨਯੋਗ MLA ਬਟਾਲਾ ਅਮਨ ਸ਼ੇਰ ਸਿੰਘ ਕਲਸੀ ਜੀ ਵੱਲੋਂ ਸ਼ਹਿਰ ਨੂੰ, ਸ਼ਹਿਰ ਦੇ ਜਿਹੜੀਆਂ ਸ਼ਿਕਾਇਤਾਂ ਨੂੰ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਕੰਮ ਕਰਨ ਲਈ ਇਹ ਜੀ ਟੀਮ ਤਿਆਰ ਕੀਤੀ ਗਈ ਹੈ, 5 ਮੈਂਬਰੀ ਕਮੇਟੀ। ਸੋ ਇਸ ਵਾਸਤੇ ਮੈਨੂੰ ਉਹਨਾਂ ਨੇ ਰੀਜਨ ਅਫਸਰ ਲਗਾਇਆ, ਅਤੇ ਮੈਂ ਚਾਹਾਂਗਾ ਵੀ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਸਾਡੇ ਤੱਕ ਪਹੁੰਚਣ, ਅਤੇ ਉਹਨਾਂ ਦਾ ਜਲਦੀ ਜਲਦੀ ਹੱਲ ਕਰੀਏ ਜੀ। ਜੰਬਾ ਜੀ, ਇੱਕ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਵਾਇਰਲ ਹੋਈ ਹੈ ਕੱਲ੍ਹ ਦੀ, ਇੱਕ ਸਟਰੀਟ ਲਾਈਟ ਚੋਰੀ ਕਰਦਾ ਰਿਕਸ਼ੇ ਵਾਲਾ ਦਿਖਾਈ ਦਿੱਤਾ ਵੀਡੀਓ ਦੇ ਵਿੱਚ, ਇੱਧਰੋਂ ਕੀ ਕਾਰਪੋਰੇਸ਼ਨ ਕਮੇਟੀ ਲਾਈਟਾਂ ਲਗਾ ਰਹੀ ਹੈ, ਉੱਧਰੋਂ ਲੋਕ ਚੋਰੀ ਕਰੀ ਜਾ ਰਹੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਸਰ, ਵੈਸੇ ਤਾਂ ਮੇਰੇ ਧਿਆਨ 'ਚ ਨਹੀਂ, ਜੇਕਰ ਇਸ ਤਰ੍ਹਾਂ ਦਾ ਕੋਈ ਕੰਮ ਹੈਗਾ ਤਾਂ ਫਿਰ ਤਾਂ ਉੱਥੇ ਪਰਚਾ ਦਰਜ ਹੋਏਗਾ, ਕਿਉਂਕਿ ਸਰਕਾਰੀ ਪ੍ਰਾਪਰਟੀ ਉੱਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਕੰਮ ਕਰਦਾ ਤਾਂ ਬਿਲਕੁਲ ਗਲਤ ਹੈ ਜੀ, ਕਿਉਂਕਿ ਤੁਹਾਨੂੰ ਪਤਾ
होर भी गलबात कर लेने इन्हों उम्मीदवार कुछ आप आगू साढ़े नाल मौजूद हैं सर अपना की नाम है मेरा नाम कीर्तन सिंह बाजवा जी कीर्तन सिंह बाजवा जी अज्ज तुसीं भी बैठे हो पानी कमेटी मैंबरां दे विच हाँ जी तो किस तरह के हल लैके तुसीं इत्थे बैठे हो लोगों को की अपील करना चाहते हो सर पहला तो नंबर मैं अपनी कलोनी की कंप्लेन लिखाई है 31 नंबर वार्ड की एक बीबी सफाई चेंज करने वास्ते नंबर दूसरे तो है कि दूजे होर भी लाइटों बारे भी आप कलोनी च लाइटा डायमंड कलोनी च 31 नंबर वार्ड से 31 नंबर वार्ड गुरु नानक कलोनी साड़ी लाइटा खराब से वो ठीक कराने वास्ते हल करने वास्ते आए हैं सानू सहयोग मिले जंबा साहब ने साड़िया शिकायत सुनिया ने नंबर दूसरा कि साढ़े होर भी कुछ शिकायत आ रहे हैं जिन्होंने काम अपने कराने वो अपनी कंप्लेटा लिखाते पर मैं आप खुद आप नाल कोल खोल लिखवा पाया वा जड़ा सैरीकल्सी जो उपराला किया बहुत वधिया किया सारी पार्टी वे एकजुट वास्ते किया कि कोई किसी का वितकरा नहीं हैगा बड़ा वधिया उपराला जी अमन शेर सिंह शहरी कलसी विधायक बटाला वालों किया गया हम देखते हैं किन्ना के खड़ा उतरते हैं अपनी पार्टी के उम्मीदवार इन्हें जेडे इतने पांच मैंबरी कमेटी बनाई गई है देखते हैं किन्ना दिन इतने वर्क करते हैं किन्ना के लोगों की समस्यावान हल किया जाता है बटाला शहर तो पत्रकार अखिल मल्होत्रा की खास रिपोर्ट मिलती है जी अगली खबर के नाल धन्यवाद इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज।